कतल है जी। जिहड़ी जनानी ने इहनूं सुट्टिया धक्का दित्ता वा उह अजे थाणे आ उहदा ते बाकी पुछ गए इस कारण रहे आ पुलिस वाले देखो की करदे आ कारवाई होनी चाहीदी आ लाश हुण इहदे विचों पाणी चों मिली आ ते बाकी हुण वेखो प्रशासन की कारवाई करदा सानूं ते मंग इहो ही आ वी कारवाई होनी चाहीदी इहनां ते। माता सलखनी गुरुद्वारे ओथे खेडदा सी अंदर न्याणे ना खेडदा खेडदा ही बाहर निकलिया हांजी रोज जांदे हांजी। ਕੀ ਨਾਮ ਸੀ ਬੱਚੇ ਦਾ? ਬੱਚੇ ਦਾ ਨਾਮ ਕਰਨਵੀਰ। ਉਮਰ ਕਿੰਨੀ ਸੀ? 10। ਜਿਹੜੀ ਉਹ ਤੋਂ ਦੇ ਨਾਲ ਲੈ ਕੇ ਗਈ ਤੁਹਾਨੂੰ ਪਤਾ ਸੀ ਕਿ ਉਹ ਲੈ ਕੇ ਗਈ? ਨਹੀਂ ਉਹਦਾ ਸਾਨੂੰ ਕੈਮਰਿਆਂ ਤੋਂ ਪਤਾ ਲੱਗਾ। ਬਾਅਦ ਵਿੱਚ ਤੁਸੀਂ ਰਾਤ ਦਾ ਕੋਈ ਨਹੀਂ ਸਾਡੇ ਨਾਲ ਅਸੀਂ ਪੁੱਛ ਗਿਛ ਕਰਦੇ ਲਪਾਉਂਦੀ ਸੀ ਸਾਡੇ ਨਾਲ ਉਹ ਸਗੋਂ ਤੇ ਨਾਲ ਉਹ ਹਾਂਜੀ ਕੀ ਕਾਰਨ ਕੀ ਸੀਗਾ ਉਹ ਪੁਰਾਣੀ ਕੋਈ ਰੰਜਿਸ਼ ਸੀ ਤੁਹਾਡੀ? ਕੋਈ ਨਹੀਂ ਫੌਜੀ ਨਾਲ ਲੜਦੇ ਬੋਲਦੇ ਲੈਣੀ ਦੇਣੀ ਤੋਂ ਹੀ। ਫੌਜੀ ਕੌਣ? ਫੌਜੀ ਦਿਓਰ ਮੇਰਾ ਉਹਦਾ ਚਾਚਾ ਸੀ। ਉਹਦਾ ਕੀ ਸੰਬੰਧ ਸੀ ਉਹ ਜਨਾਨੀ ਨਾਲ? ਉਹ ਇਸਤਰੀ ਬਣਾ ਕੇ ਰੱਖਦਾ ਸੀ ਆਪਦੀ। ਕਾਰਨ ਕੀ ਸਮਝਦੇ ਹੋ ਬੱਚੇ ਦਾ ਇਦਾਂ ਕਰਨਾ ਹੁੰਦਾ? ਕਾਰਨ ਹੁਣ ਉਹਨੂੰ ਪਤਾ ਜਿਹਨੇ ਕੀਤਾ। ਪੁਲਿਸ ਪਾਸੋਂ ਕੀ ਮੰਗ ਕਰਦੇ ਪੁੱਛਣਾ ਚਾਹੁੰਦਾ? ਪੁਲਿਸ ਤਾਂ ਹੀ ਮੰਗ ਕਰਦੇ ਵੀ ਉਹ ਸਾਨੂੰ ਦੱਸੇ ਵੀ ਕਿਹੜੀ ਗੱਲੋਂ ਮਾਰਿਆ ਉਹਨੂੰ, ਕਾਹਤੋਂ ਮਾਰਿਆ। ਜਿਹੜੀ ਜਨਾਨੀ ਨੇ ਇਹਨੂੰ ਸੁੱਟਿਆ ਧੱਕਾ ਦਿੱਤਾ ਵਾ ਉਹ ਅਜੇ ਥਾਣੇ ਆ ਉਹਦਾ ਤੇ ਬਾਕੀ ਹੁਣ ਪੁੱਛ ਗਏ ਇਸ ਕਾਰਨ ਰਹੇ ਆ ਪੁਲਿਸ ਵਾਲੇ ਦੇਖੋ ਕੀ ਕਰਦੇ ਆ ਕਾਰਵਾਈ ਹੋਣੀ ਚਾਹੀਦੀ ਆ ਲਾਸ਼ ਹੁਣ ਇਹਦੇ ਵਿੱਚੋਂ ਪਾਣੀ ਚੋਂ ਮਿਲੀ ਆ ਤੇ ਬਾਕੀ ਹੁਣ ਵੇਖੋ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਸਾਨੂੰ ਤੇ ਮੰਗ ਇਹੋ ਹੀ ਆ ਵੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ। ਕੀ ਲੱਗਦਾ ਹੈ ਕਿ ਇਹਦਾ ਕਤਲ ਕੀਤਾ ਗਿਆ? ਕਤਲ ਹੈ ਜੀ। ਕੋਈ ਜ਼ਿਆਦਾ ਲਾਗਦਾੜ ਨਹੀਂ ਹੈਗੀ ਇਹ ਜਿਹੜੀ ਜਨਾਨੀ ਆ ਇਹ ਚਾਚੇ ਦੇ ਨਾਲ ਗਲਤ ਰਿਲੇਸ਼ਨ ਆ ਇਹਦੇ ਤਾਂ ਕਰਕੇ ਇਹਨੇ ਰਜਿਸਟਰ ਕੱਢੀ ਹੈ। ਇਹਦਾ ਕਰਨਵੀਰ ਹੈ। ਹਾਂਜੀ ਹਾਂਜੀ ਉਮਰ 10 ਸਾਲ ਜੀ। ਸੇਵਾ ਕਰਦਾ ਜੀ? ਸੇਵਾ ਗੁਰਦੁਆਰੇ ਇੱਥੇ ਕਰਦਾ ਜੀ। ਹਾਂਜੀ ਵੀਰ ਸਾਹਿਬ ਕੋਈ ਇਹਨੂੰ ਲੈ ਕੇ ਜਾਂਦੇ ਜੀ? ਕੋਈ ਵੀਡੀਓ ਵੀ ਸਾਹਮਣੇ ਆਈ ਸੀ? ਹਾਂਜੀ ਲੈ ਕੇ ਜਾਂਦੇ ਜੀ। ਅੱਜ ਸਵੇਰੇ ਆਪਾਂ ਨੂੰ ਤਕਰੀਬਨ 8-9 ਵਜੇ ਕੈਮਰੇ 'ਚ ਮਿਲੀ ਆ, ਉਹਦੇ 'ਚ ਲੈ ਕੇ ਜਾਂਦੀ ਆ ਤੇ ਜਦੋਂ ਵਾਪਸ ਆਉਂਦੀ ਉਦੋਂ ਖਾਲੀ ਆਉਂਦਾ ਜੀ। ਕੀ ਲੱਗਦਾ ਕੌਣ ਕੌਣ ਇਸ ਵਿੱਚ ਸ਼ਾਮਲ ਹੋ ਸਕਦਾ? ਇਹਦੇ ਵਿੱਚ ਫਿਲਹਾਲ ਤੇ ਉਹ ਜਨਾਨੀ ਆ, ਪਰ ਚਾਚੇ ਤੇ ਸ਼ੱਕ ਹੈਗਾ ਵਾ, ਹੁਣ ਜਾਣਕਾਰੀ ਲੈਣਗੇ ਪੁਲਿਸ ਵਾਲੇ ਉਹਦੇ ਕੋਲੋਂ। ਜਿਹੜਾ ਚਾਚਾ ਉਹ ਸਗਾ ਚਾਚਾ ਹੈ? ਹਾਂਜੀ ਸਗਾ ਹੈ। ਕੀ ਨਾਮ ਉਹਦਾ? ਹੀਰਾ ਸਿੰਘ ਫੌਜੀ। ਉਹ ਕੀ ਕਾਰੋਬਾਰ ਕਰਦਾ? ਕਾਰੋਬਾਰ ਉਹਦਾ ਖੇਤੀ ਸਟੋਰ ਹੈ। ਹਾਂਜੀ ਪਰਿਵਾਰ ਵੱਲੋਂ ਤੇ ਇਹੋ ਹੀ ਆ ਵੀ ਸਾਨੂੰ ਜੋ ਵੀ ਹੈਗੀ ਕਾਨੂੰਨੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਜਿਹੜੇ ਜਿਹੜੇ ਸ਼ਾਮਿਲ ਆ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਨੂੰ ਕੱਲ ਰਾਤ ਇੱਕ ਖਬਰ ਮਿਲੀ ਸੀਗੀ ਜਿਸ ਦੇ ਵਿੱਚ ਕਿ ਇੱਕ ਬੱਚਾ ਜਿਹੜਾ ਕੀ ਹੈ ਕਰਨਵੀਰ ਸਿੰਘ ਸਨ ਆਫ ਅੰਗਰੇਜ਼ ਸਿੰਘ, ਜੋ ਕਿ ਰੈਜ਼ੀਡੈਂਸ ਆਫ ਸਰੂਪਵਾਲ ਹਾਲ ਵਾਸੀ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ, ਜੋ ਮਿਲ ਨਹੀਂ ਰਿਹਾ ਸੀਗਾ। ਉਸਦੇ ਫਾਦਰ ਕੱਲ ਸੇਵਾ ਕਰ ਰਹੇ ਸੀਗੇ, ਲੰਗਰ ਦੀ ਸੇਵਾ ਕਰ ਰਹੇ ਸੀ ਜਦੋਂ ਦ ਕਿਡ ਵੈਂਟ ਮਿਸਿੰਗ, ਅਤੇ ਉਸ ਦੀ ਭਾਲ ਜਦੋਂ ਅਸੀਂ ਪ੍ਰਾਰੰਭ ਕੀਤੀ ਰਾਤ ਨੂੰ ਤਾਂ ਗੁਰਦੁਆਰਾ ਸਾਹਿਬ ਦੇ CCTV ਦੇਖੇ ਗਏ ਤਾਂ ਉਹ ਲੰਗਰ ਹਾਲ ਤੋਂ ਬਾਹਰ ਜਾਂਦਾ ਦੇਖਿਆ ਗਿਆ। ਫਿਰ ਰਾਤ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਪਤਾ ਕੀਤਾ, ਪਰੰਤੂ ਉਹਦੀ ਕੋਈ ਵੀ ਭਾਲ ਨਹੀਂ ਕੀਤੀ ਜਾ ਸਕੀ। ਸਵੇਰ ਹੁੰਦੇ ਹੀ ਜਦੋਂ ਅਸੀਂ ਬਾਕੀ ਦੁਕਾਨਾਂ ਖੁੱਲ੍ਹਣ ਤੋਂ ਬਾਅਦ CCTV ਕੈਮਰੇ ਦੇਖੇ ਤਾਂ ਉਹ ਇੱਕ ਲੇਡੀ ਨਾਲ ਜਾਂਦਾ ਵੇਖਿਆ ਗਿਆ। ਉਸ ਲੇਡੀ ਨੂੰ ਐਪ੍ਰੀਹੈਂਡ ਕੀਤਾ ਗਿਆ, ਜਿਸ ਦਾ ਨਾਮ ਰਾਜਵੀਰ ਕੌਰ ਹੈ ਜੀ, ਉਸੇ ਮੁਹੱਲੇ ਦੀ ਰਹਿਣ ਵਾਲੀ ਹੈ। ਜਦੋਂ ਉਹਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਹਦਾ ਕਿਸੇ ਹੀਰਾ ਸਿੰਘ ਦੇ ਬੰਦੇ ਦੇ ਨਾਲ, ਜੋ ਕਿ ਰਿਸ਼ਤੇ ਵਿੱਚ ਉਸ ਲੜਕੇ ਦਾ ਚਾਚਾ ਲੱਗਦਾ ਹੈ, ਉਹਦੇ ਨਾਲ ਐਕਸਟਰਾ ਮੈਰੀਟਲ ਅਫੇਅਰ ਸੀਗਾ, ਜਿਸ ਨੂੰ ਕਿ ਮਰਨ ਵਾਲੇ ਕਰਨਵੀਰ ਸਿੰਘ ਦੇ ਪਿਤਾ ਜੀ ਅੰਗਰੇਜ਼ ਸਿੰਘ ਅਤੇ ਉਹਨਾਂ ਦੀ ਵਾਈਫ ਜਿਹੜੀ ਹੈ ਉਸਨੂੰ ਓਬਜੈਕਟ ਕਰਦੇ ਸੀਗੇ।
इस लई उह दोनों जाने कुछ इहो जिहा करना चाहुंदे सन जिस नाल कि उहनां दे परिवार नूं सबक सिखाया जा सके, जिस दे तहत उहनां ने संबंधभागी जिहड़ी घटना है उहनूं अंजाम दित्ता ਅਤੇ 10 ਸਾਲ ਦੇ ਮਾਸੂਮ ਬੱਚੇ ਨੂੰ ਵੇਈ ਨਦੀ ਦੇ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੋਡੀ ਬਰਾਮਦ ਹੋ ਗਈ ਹੈ ਜੀ। ਕਿੰਨੇ ਘੰਟੇ ਬਾਅਦ ਬੋਡੀ ਬਰਾਮਦ? ਦ ਬੋਡੀ ਹੈਜ਼ ਬੀਨ ਰਿਕਵਰਡ ਆਫਟਰ ਨੀਅਰਲੀ 24 ਆਵਰਸ ਤੇ ਉਹਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਹਸਪੀਟਲ ਭੇਜ ਦਿੱਤਾ ਹੈ ਤੇ ਮੌਤ ਦੇ ਜਿਹੜੇ ਕਾਰਨ ਹੈਗੇ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਅਸੀਂ ਦੱਸ ਸਕਾਂਗੇ। ਹੁਣ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ ਅਸੀਂ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਅਮਲ ਵਿੱਚ ਲੈ ਕੇ ਆ ਰਹੇ ਹਾਂ ਤੇ ਜਿਹੜੇ ਇਹਦੇ ਵਿੱਚ ਕਲਪ੍ਰਿਟਸ ਹੈਗੇ ਨੇ ਰਾਜਵੀਰ ਕੌਰ ਅਤੇ ਜਿਹੜਾ ਹੀਰਾ ਸਿੰਘ ਹੈ ਦੋਨੋਂ ਜਿਹੜੇ ਆ ਪੁਲਿਸ ਹਿਰਾਸਤ ਵਿੱਚ ਹਨ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਲਾਈ ਜਾਏਗੀ।